ये तो सामने है जी, अभी तो चल 15 किलो या 14 किलो, पर तुम कहने 18 किलो का होगा, 18 किलो का भी हो सकता। ये 5 किलो का कद्दू तुम खाओगे ना 6 किलो का, तो तुम ए लगेगा भी कोई पक्का नहीं, कोई एड्डी नहीं, कोई कीड़ा कूड़ा आ जाए कित आ जाए, तो नहीं तो नहीं, इन्नी तो चली जाती लस्सी लुस्सी पा दे दी, जी सह नहीं होंगी अपनी घर वो छिड़क दे दी, जो भूडी भांडी लाल भूडी आँगी वो मर जाती है, तो अजक तो कुछ है ही नहीं जी, अजक तो सूडी पी। मैं इतों एक दिन कद्दू लै गया 7 किलो का, असी वो घर से कहते यहाँ पक्का होना, तो पर अभी वेख्या अंदर चेक है जमा कच्चा, असी लूह असी आउ तो लून लगे आ ये भी आ कद्दू खड़ोते किड़े, ये 5-6 किलो दे ਇਹਦਾ ਵੱਡੇ ਕੱਦੂ ਦਾ 18-20 ਕਿਲੋ ਦਾ ਵੀ ਹੋ ਸਕਦਾ ਜੀ, ਤੋਲਿਆ ਪਤਾ ਲੱਗ ਜੂਗਾ 20-20 ਕਿਲੋ ਦੇ ਕੱਦੂ ਹੋ ਜਾਣੇ। ਤੁਸੀਂ ਦੇਖੇ ਲੱਗ ਜ਼ਿੰਦਗੀ 'ਚ ਪਹਿਲੀ? ਨਹੀਂ ਜੀ ਪਹਿਲੀ ਵਾਰ ਹੀ ਵੇਖਿਆ, ਇਹ ਤਾਂ ਕਮਾਲ ਦਾ ਬੀਜ ਆ, ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਬਣ ਗਏ ਆ, ਇਹ ਤਾਂ ਸਾਨੂੰ ਆਪ ਨਹੀਂ ਸਮਝ ਆ ਰਹੀ। ਪਹਿਲਾਂ ਜਿਹੜੀਆਂ ਸਬਜ਼ੀਆਂ ਅਸੀਂ ਵਰਤਦੇ ਸੀ ਉਹ ਖਾਦ ਵਾਲੀਆਂ ਹੁੰਦੀਆਂ ਸੀਗੀਆਂ, ਉਹ ਵਧੀਆ ਨਹੀਂ ਸੀ ਬਣਦੀਆਂ, ਹੁਣ ਜਿਹੜੀਆਂ ਅਸੀਂ ਵਰਤਦੇ ਆਪਦੀਆਂ ਘਰ ਦੀਆਂ ਵੀ ਵਿੱਚ ਸਬਜ਼ੀਆਂ, ਖਾਦ ਕੋਈ ਨਹੀਂ ਪਾਉਂਦੇ ਕਿ 5-7 ਸਾਲ ਤੋਂ, ਅਤੇ ਬਹੁਤ ਵਧੀਆ ਸਬਜ਼ੀ ਬਣਦੀ, ਸਵਾਦ ਵੀ ਵੱਖਰਾ ਹੀ ਹੁੰਦਾ ਇਹਨਾਂ ਦਾ। ਇਹ ਮੇਲੇ ਤੋਂ ਮਿਲਦੀ ਲੁਧਿਆਣਿਓ, ਆਪਣੇ ਮਿਲ ਜਾਂਦੀ ਖੇਤੀਬਾੜੀ ਦਫ਼ਤਰੋਂ, ਇਹਦੇ ਵਿੱਚ ਕੁੱਲ ਲਾਇਆ ਖੁਦ ਖੇਤੀਬਾੜੀ ਨੇ, ਆਹ ਮੱਖੀ ਆ ਆਹ ਮੋਰੀ ਆ, ਇਹਦੇ ਵਿੱਚ ਮੱਖੀ ਵੜ ਜਾਣੀ ਜੀ, ਆਹ ਜਿਹੜੀ ਮੱਖੀ ਦੇਖ ਰਹੀ ਮੈਂ ਤੁਹਾਨੂੰ ਇਹ ਕੀੜਾ ਪਾਉਂਦੀ ਆ, ਇਹ ਸਮੈਲ ਹੀ ਦੀ ਇੰਨੀ ਜ਼ਿਆਦਾ ਆ, ਤੁਹਾਡੇ ਅਮਰੂਦ ਨੂੰ ਕਿੰਨੂ ਨੂੰ ਕਿਸ ਚੀਜ਼ ਨੂੰ ਕੀੜਾ ਨਹੀਂ ਪਊਗਾ। ਅੱਜ ਦੇ ਦੌਰ ਵਿੱਚ ਜਿੱਥੇ ਇਨਸਾਨ ਪੈਸੇ ਦੀ ਦੌੜ ਵਿੱਚ ਲੱਗਿਆ ਹੋਇਆ, ਭਾਵੇਂ ਉਸ ਵਾਸਤੇ ਉਹਨੂੰ ਜ਼ਹਿਰ ਵੀ ਵੇਚਣਾ ਪਵੇ, ਉਹ ਵੀ ਵੇਚਦਾ ਜਿਹੜਾ ਉਹ ਦਿਖਾਈ ਦੇ ਰਿਹਾ ਵੀ ਜ਼ਹਿਰ ਮੀਨਸ ਵੀ ਸਬਜ਼ੀਆਂ ਦੇ ਵਿੱਚ ਜਿਹੜੀਆਂ ਕੀਟਨਾਸ਼ਕ ਜਿਹੜੀਆਂ ਦਵਾਈਆਂ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਫਸਲਾਂ ਦੇ ਵਿੱਚ ਫਸਲੋਂ ਕੀਤੀ ਜਾਂਦੀ ਆ, ਉਹ ਵੀ ਲਗਾਤਾਰ ਜਿਹੜੀ ਵਰਤੋਂ ਕਰਦਾ ਉਹ ਦਿਖਾਈ ਦੇ ਰਿਹਾ। ਲੇਕਿਨ ਸਾਡੇ ਨਾਲ ਇੱਥੇ ਝੋਕ ਦੇ ਵਿੱਚ ਇੱਕ ਕਿਸਾਨ ਮੌਜੂਦ ਨੇ, ਗੁਰਮੀਤ ਸਿੰਘ ਜੀ, ਜਿਨ੍ਹਾਂ ਦੇ ਤੁਹਾਨੂੰ ਅੱਜ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਉਹਨੇ ਆਪਣੇ ਘਰਾਂ ਵਾਸਤੇ ਬਿਨਾਂ ਜਿਹੜੀਆਂ ਦਵਾਈਆਂ ਤੋਂ ਇੱਕ ਸਬਜ਼ੀਆਂ ਜਾਂ ਫਸਲ ਤਿਆਰ ਕੀਤੀ ਆ ਵੀ ਜੋ ਆਪਣੇ ਆਪ ਦੇ ਵਿੱਚ ਵੀ ਇੱਕ ਖਾਸ ਦਰਸਾਉਂਦੀ ਹੈ। ਪਹਿਲਾਂ ਤਾਂ ਦਿਖਾਈਏ ਤੁਹਾਨੂੰ 18 ਕਿਲੋ ਦਾ ਇਹ ਕੱਦੂ, ਤੁਸੀਂ ਵੇਖਿਆ ਨਹੀਂ ਹੋਣਾ ਵੀ 18 ਕਿਲੋ ਦਾ ਵੀ ਜਿਹੜਾ ਕੋਈ ਕੱਦੂ ਹੁੰਦਾ ਵੀ ਉਹ ਇਹਨਾਂ ਦੇ ਖੇਤਰ ਵਿੱਚ ਜਿਹੜਾ ਬਿਨਾਂ ਦਵਾਈਆਂ ਤੋਂ ਉਹ ਤਿਆਰ ਹੋਇਆ। ਪਿਕਚਰਾਂ ਤੁਹਾਨੂੰ ਦਿਖਾਉਂਦੇ ਹਾਂ ਵੀ 18 ਕਿਲੋ ਦਾ ਕੱਦੂ ਕਿਸ ਤਰ੍ਹਾਂ ਉਹ ਤਿਆਰ ਹੋਇਆ, ਜੋ ਕਿ ਬਿਨਾਂ ਦਵਾਈਆਂ ਤੋਂ ਬਿਨਾਂ ਸਪਰੇਅ ਤੋਂ ਇਹ ਤਿਆਰ ਹੋਇਆ, ਆਪਣੇ ਆਪ ਦੇ ਵਿੱਚ ਵੀ ਇੱਕ ਦਰਸਾ ਰਿਹਾ ਵੀ ਬਿਨਾਂ ਜਿਹੜੇ ਗਲਤ ਫਹਿਮੀ ਹੈ ਕਿਸਾਨਾਂ ਦੀ ਵੀ ਬਿਨਾਂ ਦਵਾਈਆਂ ਤੋਂ ਕੋਈ ਫਸਲ ਤਿਆਰ ਨਹੀਂ ਹੁੰਦੀ, ਉਹਨਾਂ ਵਾਸਤੇ ਵੀ ਇੱਕ ਵਹਿਮ ਜਿਹੜਾ ਕਰਦਾ ਉਹ ਸਾਫ਼ ਤੌਰ 'ਤੇ ਦਿਖਾਈ ਦਿੰਦਾ ਪਿਆ। ਅਸੀਂ ਹੋਰ ਵੀ ਦਿਖਾਵਾਂਗੇ ਵੀ ਇਹਨਾਂ ਨੇ ਇੱਥੇ ਮੂਲੀਆਂ ਤੱਕ ਵੀ ਤਿਆਰ ਕੀਤੀਆਂ ਹੋਈਆਂ, ਅਮਰੂਦ ਵੀ ਲੱਗੇ ਹੋਏ ਨੇ, ਕਿਨੂੰ ਵੀ ਲੱਗੇ ਹੋਏ ਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਉਹ ਬਿਨਾਂ ਜਿਹੜੀਆਂ ਖਾਦ ਤੋਂ ਤਿਆਰ ਕੀਤੀਆਂ ਗਈਆਂ ਨੇ, ਅਤੇ ਸਾਡੇ ਨਾਲ ਇੱਥੇ ਮੌਜੂਦ ਨੇ ਕਿਸਾਨ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਜਦੋਂ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਕਿਉਂਕਿ ਲੋਕ ਤਾਂ ਜਿਹੜੇ ਹੈਗੇ ਆ ਵੀ ਉਹ ਅੱਜ ਦੇ ਟਾਈਮ ਦੇ ਵਿੱਚ ਪੈਸੇ ਦੇ ਮਗਰ ਭੱਜ ਕੇ ਅਤੇ ਉਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਇੰਨਾ ਵੀ ਉਹ ਆਪਣੇ ਵੱਧ ਸਿਹਤ ਦਾ ਵੀ ਜਿਹੜਾ ਖਿਆਲ ਜਿਹੜਾ ਉਹ ਕਰ ਸਕਣ। ਲੇਕਿਨ ਇਹਨਾਂ ਨੇ ਇੱਕ ਜਿਹੜੀ ਆ ਸੋਚ ਹੈ ਇਹ ਇਹਨਾਂ ਨੇ ਉਜਾਗਰ ਕੀਤੀ ਹੈ ਵੀ ਕਿਸਾਨ ਜਿਹੜਾ ਉਹ ਪੈਸੇ ਦੇ ਮਗਰ ਤਾਂ ਜ਼ਰੂਰ ਜਿਹੜਾ ਭੱਜ ਨੱਠ ਕਰਦਾ ਹੈ, ਲੇਕਿਨ ਆਪਣੀ ਸਿਹਤ ਦਾ ਵੀ ਖਿਆਲ ਰੱਖੇ ਉਹ ਜ਼ਿਆਦਾ ਜ਼ਰੂਰੀ ਹੈ। ਸਰ ਵੀ ਜਿਹੜਾ ਖਿਆਲ ਕਿਵੇਂ ਆਇਆ ਅਤੇ ਕਿਹੜੀਆਂ ਫਸਲਾਂ ਤੁਸੀਂ ਤਿਆਰ ਕਰਦੇ ਹੋ? ਪਹਿਲਾਂ ਤਾਂ ਤੁਹਾਡਾ ਆਉਣ ਦਾ ਜੀ ਬਹੁਤ ਧੰਨਵਾਦ। ਇਹ ਮਨ ਦੇ ਸ਼ੌਂਕ ਹੈ ਜੀ ਵੀ ਜਿੰਨੀ ਆਪਾਂ ਸਬਜ਼ੀ ਖਾਣੀ ਆ ਵੀ ਮਹਾਰਾਜ ਸ਼ਕਤੀ ਦੇ ਵੀ ਆਪਾਂ ਘਰ ਜੋਗੀ ਖਾਣ ਜੋਗੀ ਬਿਨਾਂ ਸਪਰੇਅ ਤੋਂ ਇਹਨੂੰ ਤਿਆਰ ਕਰੀਏ, ਪਰ ਇਹ ਮਿਹਨਤ ਕਰਨ ਨਾਲ ਸਾਰਾ ਕੁਛ ਮੂਲੀ ਗਾਜਰ ਕੱਦੂ ਕਿੰਨੂ ਸਾਰਾ ਕੁਛ ਤਿਆਰ ਹੈ ਜੀ। ਇਸ ਟਾਈਮ ਤੁਸੀਂ ਵੇਖ ਰਹੇ ਹਰੀ ਮਿਰਚ ਵੀ ਹਜੇ ਖੜ੍ਹੀ ਆ ਪਰ ਸੁੱਕ ਗਈ ਥੋੜ੍ਹੀ ਜੀ, ਸਾਰੀ ਤਿਆਰ ਆ ਜੀ। ਹੁਣ ਦੁਬਾਰਾ ਵੀ ਮਿਰਚ ਲਾਤੀ ਆ, ਵੈਂਗਣੀ ਵੀ ਲਾਤੀ ਆ, ਹਰ ਚੀਜ਼ ਤਿਆਰ ਲੱਗੀ ਪਈ ਹੈ ਜੀ। ਅਸੀਂ ਵੇਖਦੇ ਪਏ ਹਾਂ ਵੀ ਕੱਦੂ ਜਿਹੜਾ ਐਡਾ ਵੱਡਾ ਕਿੰਨੇ ਕੁ ਕਿਲੋ ਦਾ ਹੋਵੇਗਾ ਅਤੇ ਕਿਵੇਂ ਮਤਲਬ ਹੋਇਆ? ਇਹ ਤੁਹਾਡੇ ਸਾਹਮਣੇ ਹੈ ਜੀ, ਅਸੀਂ ਤਾਂ ਚੱਲ 15 ਕਿਲੋ ਜਾਂ 14 ਕਿਲੋ, ਪਰ ਤੁਸੀਂ ਕਹਿੰਦੇ ਵੀ 18 ਕਿਲੋ ਦਾ ਹੋਊਗਾ, ਵੀ 18 ਕਿਲੋ ਦਾ ਵੀ ਹੋ ਸਕਦਾ। ਇਹ 5 ਕਿਲੋ ਦਾ ਕੱਦੂ ਤੁਸੀਂ ਖਾਓਗੇ ਨਾ 6 ਕਿਲੋ ਦਾ, ਅਤੇ ਤੁਹਾਨੂੰ ਐਂ ਲੱਗੂਗਾ ਵੀ ਕੋਈ ਪੱਕਾ ਨਹੀਂ। ਕਿਸ ਤਰ੍ਹਾਂ ਇਹ ਮਨ ਦੇ ਵਿੱਚ, ਕਿਉਂਕਿ ਲੋਕ ਤਾਂ ਜਿਹੜੀ ਭੱਜ ਨੱਠ ਦੀ ਜ਼ਿੰਦਗੀ ਕਰਦੇ ਆ ਵੀ ਖਾਦਾਂ ਜਲਦੀ ਫਸਲ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਤੁਸੀਂ ਇਹਨਾਂ ਕਿਉਂਕਿ ਟਾਈਮ ਦਾ ਵੀ ਖਰਾਬੀ ਹੁੰਦੀ ਹੈ ਜਾਂ ਕੋਈ ਹੋਰ ਵੀ ਦਵਾਈਆਂ ਵਰਤਣੀਆਂ ਪੈਂਦੀਆਂ? ਨਹੀਂ ਕੋਈ ਐਡੀ ਨਹੀਂ, ਕੋਈ ਕੀੜਾ ਕੂੜਾ ਆ ਜਾਵੇ ਕਿਤੇ ਆ ਜਾਵੇ, ਅਤੇ ਨਹੀਂ ਤਾਂ ਨਹੀਂ, ਇਹ ਨਹੀਂ ਤਾਂ ਚੱਲੀ ਜਾਂਦੀ ਲੱਸੀ ਲੁੱਸੀ ਪਾ ਦੇ ਦੀ ਆ, ਉਹ ਜਿਹੜੀ ਸਵਾਹ ਨਹੀਂ ਹੁੰਦੀ ਆਪਣੀ ਘਰੇ ਉਹ ਛਿੜਕ ਦੇ ਦੀ ਜੀ, ਉਹਦੇ ਨਾਲ ਭੂੰਡੀ ਭਾਂਡੀ ਲਾਲ ਭੂੰਡੀ ਆਉਂਦੀ ਉਹ ਮਰ ਜਾਂਦੀ ਆ, ਅਤੇ ਉਹ ਅੱਜ ਕੱਲ੍ਹ ਤਾਂ ਕੁਛ ਹੈ ਹੀ ਨਹੀਂ ਜੀ, ਅੱਜ ਕੱਲ੍ਹ ਤਾਂ ਸੁੰਡੀ ਪੈਂਦੀ ਨਹੀਂ ਕੱਦੂ। ਘਰ ਦੇ ਕਿੰਨੇ ਕੁ ਖੁਸ਼ ਹੁੰਦੇ ਸਬਜ਼ੀ? ਘਰ ਦੇ ਬਹੁਤ ਖੁਸ਼ ਆ ਜੀ, ਸਾਡੇ ਕੰਮ ਵਾਲੇ ਖੁਸ਼ ਆ, ਘਰ ਵਾਲੇ ਖੁਸ਼ ਆ, ਆਂਢ ਗੁਆਂਢ ਆ, ਲਖਵੀਰ ਸਿੰਘ ਇਹਨੇ ਇਹ ਸਾਰੇ ਸਾਰਿਆਂ ਨੂੰ ਕੱਦੂ ਦਿੰਦਾ ਜੀ, ਮੈਂ ਤਾਂ ਜਿੰਨੇ ਸੱਜਣ ਬੰਦੇ ਆ ਇੱਥੇ ਨਾਲ, ਮਤਲਬ ਕਿ ਹੋਰ ਵੀ ਸ਼ਖਸ ਮੌਜੂਦ ਨੇ ਜਿਹੜੇ ਇਹਨਾਂ ਦੇ ਘਰੇ ਜਿਹੜੇ ਆ ਇਹ ਕਿਹਨੂੰ ਵੀ ਖਾਂਦੇ ਦਿਖਾਈ ਦੇ ਰਿਹਾ ਤੁਹਾਨੂੰ, ਅਤੇ ਅਮਰੂਦ ਵੀ ਹੱਥ 'ਚ ਕਿੱਡਾ ਵੱਡਾ ਦੇਖੋ ਫੜਿਆ ਦਿਖਾ ਰਿਹਾ ਵੀ ਆਹ ਸਾਈ ਅਮਰੂਦ ਆ ਜੋ ਬਿਨਾਂ ਖਾਦ ਤੋਂ ਤਿਆਰ ਹੋਇਆ। ਵੀ ਸਰ ਇਹਨਾਂ ਦੀ ਜਿਹੜੇ ਤਿਆਰ ਕੀਤੀਆਂ ਸਬਜ਼ੀਆਂ ਇਹਨੂੰ ਕਿਵੇਂ ਦੇਖਦੇ ਤੁਸੀਂ?
ਇਹਨੇ ਤਾਂ ਪੂਰੀ ਮੌਜ ਬਣਾਈ ਆਈ ਸਾਨੂੰ। ਮੈਂ ਇੱਥੋਂ ਇੱਕ ਦਿਨ ਕੱਦੂ ਲੈ ਗਿਆ 7 ਕਿਲੋ ਦਾ ਸੀ, ਉਹ ਘਰਦੇ ਕਹਿੰਦੇ ਇਹਦਾ ਪੱਕਾ ਹੋਣਾ ਅਤੇ ਪਰ ਅਸੀਂ ਵੇਖਿਆ ਅੰਦਰ ਚੇਕ ਹੈ ਜਮ੍ਹਾਂ ਕੱਚਾ ਸੀ, ਲੂਆਂ ਸੀ ਆ ਉੱਤੇ ਲੂਣ ਲੱਗੇ ਆ ਅਜੇ ਵੀ ਆ, ਕੱਦੂ ਖੜੋਤੇ ਕਿਹੜੇ ਇਹ 5-6 ਕਿਲੋ ਦੇ ਆ, ਐਨ ਲਵੇ ਆ। ਇਹ 2-3 ਘਰ ਇੱਕ ਕੱਦੂ ਨੂੰ ਬਣਾ ਸਕਦੇ ਆ ਜੀ, ਵੀ ਕੋਈ ਸਪਰੇ ਨਹੀਂ, ਕੋਈ ਖਾਦ ਨਹੀਂ, ਆਹ ਇਹ ਕੂੜਾ ਪਾਉਂਦੇ ਥੱਲੇ ਆ ਕਿਹੜਾ ਮੱਝਾਂ ਦਾ, ਅਤੇ ਜਾਂ ਸਵਾਹ ਉੱਤੇ ਕਿਹੜੀ ਆਪਾਂ ਚੁੱਲ੍ਹੇ ਦੀ ਪਾਥੀਆਂ ਪੂਥੀਆਂ ਦੀ ਬਣਦੀਆਂ ਸਵਾਹ, ਉਹ ਪਾ ਕੇ ਇਹਦੀ ਭੁੰਡੀ ਭਾਂਡੀ ਜੀ ਮਾਰ ਦਿੰਦੇ ਇਹ, ਅਤੇ ਐਨ ਆ ਕੇ ਇਹਨੇ ਕਹਿ। ਤੁਸੀਂ ਸਮਝਦੇ ਹੋ ਵੀ ਅੱਜ ਦੇ ਦੌਰ ਵਿੱਚ ਜਿਹੜੀ ਆ ਖਾਦ ਵਾਲੀਆਂ ਚੀਜ਼ਾਂ ਲੋਕ ਸੇਵਨ ਕਰਦੇ ਆ, ਕਾਫੀ ਨੁਕਸਾਨ ਵੀ ਆਪਾਂ ਦੇਖਦੇ ਹਾਂ ਵੀ ਮਤਲਬ ਸਰੀਰਕ ਤੌਰ 'ਤੇ ਹੁੰਦਾ, ਅਤੇ ਇਹ ਜਿਹੜੀਆਂ ਚੀਜ਼ਾਂ ਕਿੰਨੀਆਂ ਕੁ ਫਾਇਦੇ ਦਿੰਦੀਆਂ ਅਤੇ ਕਿੰਨੇ ਕੁ ਨੁਕਸਾਨ ਤੁਸੀਂ ਦੇਖਦੇ ਹੋ ਵੀ ਝੱਲਦੇ ਆ ਲੋਕ? ਬਹੁਤ ਜ਼ਿਆਦਾ ਹੀ, ਹੁਣ ਤਾਂ ਲੋਕ ਮੁੜੇ ਆ ਕੋ ਆਰਗੈਨਿਕ ਖੇਤੀ ਆਪਦੇ ਘਰ ਜੋਗੀ ਹਰੇਕ ਨੇ ਲਾਈ ਸਬਜ਼ੀ, ਆਹ ਗੁਆਂਢ ਵੀ ਲੱਗੀ ਆ ਕਈਆਂ ਦੇ, ਮੈਂ ਵੇਖਿਆ ਵੀ ਆਪਦੇ ਜੋਗੀ ਹਰੇਕ ਜ਼ਿਮੀਦਾਰ ਲਾਉਣ ਲੱਗ ਪਿਆ। ਪਰ ਵੇਚਣ 'ਚ ਵੀ ਇਹਦਾ ਜੇ ਕੋਈ ਮੰਡੀਕਰਨ ਹੋ ਜਾਵੇ, ਸਹੀ ਭਾਅ ਮਿਲੇ ਅਤੇ ਇਹ ਲੋਕਾਂ ਨੂੰ ਵੀ ਜੈ ਮੁਕਤ ਖਵਾਈ ਜਾਵੇ ਤਾਂ ਚੰਗੀ ਗੱਲ ਆ। ਤੁਸੀਂ ਸਮਝਦੇ ਵੀ ਕਿਸਾਨ ਜਿਹੜਾ ਵੀ ਉਹ ਆਪਣੇ ਖਾਣ ਜੋਗੀ ਤਾਂ ਤਿਆਰ ਕਰਦਾ ਪਿਆ ਔਰਗੈਨਿਕ, ਲੇਕਿਨ ਇਹ ਲੋਕਾਂ ਵਾਸਤੇ ਵੀ ਇਹ ਚੀਜ਼ ਤਿਆਰ ਹੋਣੀ ਚਾਹੀਦੀ ਆ? ਹਾਂਜੀ ਬਿਲਕੁਲ, ਤਿਆਰ ਹੋਣੀ ਚਾਹੀਦੀ। ਸਬਜ਼ੀ ਬੰਦੇ ਦੀ ਘਰੇ ਕੋਈ ਖਰਚ ਨਹੀਂ ਤੁਹਾਡਾ ਕਰਦਾ ਹੋਊਗਾ ਜੀ, ਕੋਈ ਖਰਚ ਨਹੀਂ, ਕੰਮ ਵਾਲੇ ਵੀ ਖੁਸ਼, ਆਂਢ ਗੁਆਂਢ ਵੀ ਖੁਸ਼, ਆਪ ਵੀ ਖੁਸ਼, ਘਰਦੇ ਵੀ ਖੁਸ਼। ਹੁਣ ਜਦੋਂ ਸਾਡੇ ਘਰਦੇ ਹੀ ਨਹੀਂ ਹੁੰਦੇ, ਸਾਨੂੰ ਕੋਈ ਲੋੜ ਨਹੀਂ ਗੀ, ਆਪੇ ਘਰ ਦੀਆਂ ਸਬਜ਼ੀ ਤੋੜ ਕੇ, ਧਨੀਆ ਤੋੜੋ, ਕੁਛ ਤੋੜੋ, ਵੀ ਜੇ ਸਾਡਾ ਡੰਗ ਹੋ ਹੀ ਜਾਂਦਾ ਜੀ। ਤੁਸੀਂ ਆ ਜਿਹੜੇ ਕੱਦੂ ਹੈਗਾ ਕਿਵੇਂ ਦੇ, ਕਿੰਨੇ ਕੁ ਕਿਲੋ ਦਾ ਸਮਝਦੇ ਵੀ ਜਿਹੜਾ? ਇਹ ਤਾਂ ਵੱਡੇ ਕੱਦੂ ਦਾ 18-20 ਕਿਲੋ ਦਾ ਵੀ ਹੋ ਸਕਦਾ ਜੀ, ਤੋਲਿਆ ਪਤਾ ਲੱਗ ਜੂਗਾ 20-20 ਕਿਲੋ ਦੇ ਕੱਦੂ ਹੋ ਜਾਣੇ। ਤੁਸੀਂ ਦੇਖੇ ਲੱਗ ਜ਼ਿੰਦਗੀ 'ਚ ਪਹਿਲੀ? ਨਹੀਂ ਜੀ, ਪਹਿਲੀ ਵਾਰ ਹੀ ਵੇਖਿਆ। ਇਹ ਤਾਂ ਕਮਾਲ ਦਾ ਬੀਜ ਆ, ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਬਣ ਗਏ ਆ, ਐਡੇ ਸਾਨੂੰ ਤਾਂ ਆਪ ਨਹੀਂ ਸਮਝ ਆ ਰਹੀ। ਬਹੁਤ ਜ਼ਿਆਦਾ ਤਗੜਾ ਕੱਦੂ ਆ, ਤੁਸੀਂ ਆਹ ਵੇਖੋ, ਹੁਣ ਵਿਖਾਇਆ ਹੀ ਆਪਾਂ, ਕਾਫੀ ਤਗੜਾ। ਐਡੀ ਧਨੀਆ ਵੇਖੋ, ਇਹ ਧਨੀਆ ਬੜਾ ਫੱਬਿਆ, ਡੇਢ ਫੁੱਟ ਅਮਰੂਦ ਵੀ ਤੁਸੀਂ ਮਤਲਬ ਹੱਥ ਹੀ ਫੜਿਆ, ਇਹ ਅਮਰੂਦ ਵੀ ਵੇਖੋ ਬਈ, ਆਮ ਅਮਰੂਦਾਂ ਨਾਲ ਕੱਦੂ ਜਿੱਡਾ ਤਾਂ ਅਮਰੂਦ ਹੀ ਆ। ਤੁਸੀਂ ਦੇਖਦੇ ਪਏ ਹੋ ਵੀ ਕਿਸ ਤਰ੍ਹਾਂ ਮਤਲਬ ਕਿ ਕੱਦੂ ਹੈ, ਅਮਰੂਦ ਹੈ, ਉਹ ਆਪ ਵੀ ਜਿਹੜਾ ਅਮਰੂਦ ਦਾ ਸਵਾਦ ਲੈ ਰਹੇ ਆ, ਇੱਥੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਵੀ ਉਹ ਵੀ ਦਰਸਾ ਰਹੇ ਨੇ ਵੀ ਕਿਸ ਤਰ੍ਹਾਂ ਮਤਲਬ ਜਿਹੜੀਆਂ ਫਸਲਾਂ ਵੀ ਉਹ ਤਿਆਰ ਕੀਤੀਆਂ ਹੋਈਆਂ। ਤੁਹਾਨੂੰ ਇੱਕ ਵਾਰ ਫਿਰ ਨਜ਼ਰ ਪਵਾਉਂਦੇ ਹਾਂ ਵੀ ਕਿਸ ਤਰ੍ਹਾਂ ਦੀ ਫਸਲਾਂ, ਧਨੀਆ ਹੈ, ਪਾਲਕ ਹੈ, ਜਿਹੜੀ ਔਰਗੈਨਿਕ ਹੈ, ਬਿਲਕੁਲ ਹੀ ਜਿਹੜੀਆਂ ਖਾਦਾਂ ਮੁਕਤ ਜਿਹੜੀਆਂ ਤਿਆਰ ਕੀਤੀਆਂ ਗਈਆਂ। ਭਾਵੇਂ ਇਸ ਕਿਸਾਨ ਨੇ ਆਪਣੇ ਪਰਿਵਾਰ ਵਾਸਤੇ ਇਹ ਜਿਹੜੀ ਚੀਜ਼ ਤਿਆਰ ਕੀਤੀ ਆ, ਲੇਕਿਨ ਇੱਕ ਦੇਖਣਾ ਜ਼ਰੂਰ ਹੈ ਵੀ ਇੱਕ ਖਾਸ ਇੱਕ ਬੀਜ ਹੈ ਵੀ ਜਿਹੜਾ ਇਹਨਾਂ ਮਤਲਬ ਕਿ ਸਾਈਜ਼ ਜਿਹੜਾ ਉਹ ਫਰੂਟ ਦਾ ਚਾਹੇ ਸਬਜ਼ੀ ਦਾ ਐਡਾ ਵੱਡਾ ਦਰਸਾ ਰਿਹਾ। ਅਮਰੂਦ ਦੇਖੋ, ਅਮਰੂਦ ਦਾ ਪੇੜ ਦਾ ਲੱਗਿਆ, ਲੇਕਿਨ ਜਿਹੜਾ ਵੀ ਅਮਰੂਦ ਨੂੰ ਹੱਥ ਲਗਾਓ ਵੀ ਕਾਫੀ ਵੱਡਾ ਅਤੇ ਵਧੀਆ ਜਿਹੜਾ ਸਾਈਜ਼ ਹੈ ਉਹ ਅਮਰੂਦ ਦਾ ਦੇਖਣ ਨੂੰ ਮਿਲਦਾ, ਅਤੇ ਵਿੱਚੋਂ ਵੀ ਜਿਹੜਾ ਉਹ ਲਾਲ ਹੈ ਉਹ ਦਿਖਾਈ ਦੇ ਰਿਹਾ। ਅਸੀਂ ਇਹ ਗੱਲ ਕਰਦੇ ਹਾਂ ਵੀ ਇਹਨਾਂ ਮਾਤਾਵਾਂ ਦੇ ਨਾਲ ਵੀ ਉਹਨਾਂ ਨੂੰ ਇਹ ਜਿਹੜੇ ਰਸੋਈ ਦੇ ਵਿੱਚ ਕਿੰਨਾ ਕੁ ਫਾਇਦਾ ਜਿਹੜੀਆਂ ਇਹ ਸਬਜ਼ੀਆਂ ਇਹ ਫਰੂਟ ਉਹ ਦਿੰਦੀਆਂ ਅਤੇ ਕੀ ਸੋਚ ਉਹ ਰੱਖਦੀਆਂ ਨੇ। ਮਾਤਾ ਜੀ, ਤੁਹਾਡੇ ਇੱਥੇ ਅਸੀਂ ਦੇਖਦੇ ਪਏ ਹਾਂ ਵੀ ਸਬਜ਼ੀਆਂ ਵੀ ਲੱਗੀਆਂ, ਫਲ ਫਰੂਟ ਵੀ ਲੱਗਾ, ਅਤੇ ਤੁਸੀਂ ਕਿਵੇਂ ਮਤਲਬ ਕਿ ਇਹ ਸੋਚ ਰੱਖੀ ਆ ਵੀ ਜਾਂ ਕਿਸ ਤਰ੍ਹਾਂ ਜਿਹੜਾ ਤੁਸੀਂ ਵੀ ਰਸੋਈ ਚੁੱਲ੍ਹਾ ਚੌਂਕਾ ਕਰਦੇ ਹੋ ਅਤੇ ਮਤਲਬ ਕਿ ਉਹਦੇ 'ਚ ਕੀ ਫਰਕ ਨਜ਼ਰ ਆਉਂਦਾ ਜੀ? ਹਾਂਜੀ, ਪਹਿਲਾਂ ਜਿਹੜੀਆਂ ਸਬਜ਼ੀਆਂ ਅਸੀਂ ਵਰਤਦੇ ਸੀ ਉਹ ਖਾਦ ਵਾਲੀਆਂ ਹੁੰਦੀਆਂ ਸੀਗੀਆਂ, ਉਹ ਵਧੀਆ ਨਹੀਂ ਸੀ ਬਣਦੀਆਂ। ਹੁਣ ਜਿਹੜੀਆਂ ਅਸੀਂ ਵਰਤਦੇ ਆਪਦੀਆਂ ਘਰ ਦੀਆਂ ਵੀ ਕੇ ਸਬਜ਼ੀਆਂ, ਖਾਦ ਕੋਈ ਨਹੀਂ ਪਾਉਂਦੇ ਕਿ 5-7 ਸਾਲ ਤੋਂ, ਅਤੇ ਬਹੁਤ ਵਧੀਆ ਸਬਜ਼ੀ ਬਣਦੀ, ਸਵਾਦ ਵੀ ਵੱਖਰਾ ਹੀ ਹੁੰਦਾ ਇਹਨਾਂ ਦਾ ਜੀ। ਹਾਂਜੀ, ਜਿਹੜਾ ਕੱਦੂ ਅਸੀਂ ਦੇਖਿਆ ਐਡਾ ਵੱਡਾ, ਤੁਸੀਂ ਵੇਖਿਆ ਜੀ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ? ਨਹੀਂ ਜੀ, ਪਹਿਲੀ ਵਾਰੀ ਲੱਗਾ ਯਾਰ। ਸਾਨੂੰ ਦਿਖਾਓਗੇ ਜੀ ਤੁਸੀਂ ਕਿਹਨੂੰ ਦਾ ਸਾਈਜ਼ ਆ, ਕਿਹਨੂੰ ਕਿੱਥੇ ਲੱਗਿਆ ਜੀ, ਦਿਖਾਓਗੇ ਮਾੜਾ ਜਿਹਾ ਵੀ ਤੁਸੀਂ ਜੇ ਦਿਖਾ ਸਕੋ ਸਾਨੂੰ? ਹਾਂਜੀ ਹਾਂਜੀ, ਇਹ ਮਾਤਾ ਜੀ ਨੇ ਜਿਹੜੇ ਸਾਨੂੰ ਦਿਖਾ ਰਹੇ ਨੇ ਇਸ ਟਾਈਮ ਵੀ ਕਿਹਨੂੰ ਜਿਹੜੇ ਇੱਥੇ ਇਹਨਾਂ ਨੇ ਆਪਣੇ ਬਿਨਾਂ ਖਾਦਾਂ ਤੋਂ ਔਰਗੈਨਿਕ ਖੇਤੀ ਦੇ ਨਾਲ ਜਿਹੜੇ ਤਿਆਰ ਹੋਏ ਨੇ, ਆਹ ਤੁਸੀਂ ਦੇਖੋ ਵੀ ਖੱਟਾਪਣ ਜਮਾਂ ਹੀ ਨਹੀਂ ਹੈਗਾ ਇਹਨਾਂ ਵਿੱਚ। ਹਾਂਜੀ, ਖੱਟਾਪਣ ਹੈ ਨਹੀਂਗਾ ਜਮਾਂ ਹੀ। ਹੋਰ ਕਿਸ ਤਰ੍ਹਾਂ ਦਾ ਮਤਲਬ ਸਵਾਦ ਤੁਸੀਂ ਵੇਖਦੇ, ਕਿੰਨਾ ਕੁ ਟਾਈਮ ਲੈਂਦੇ ਆ ਵੀ ਦੂਜਿਆਂ ਨਾਲੋਂ ਜ਼ਿਆਦਾ ਲੈਂਦੇ ਜਾਂ ਘੱਟ ਲੈਂਦੇ ਜੀ ਟਾਈਮ? ਨਹੀਂ, ਇਹ 4-5 ਸਾਲ 'ਚ ਹੀ ਤਿਆਰ ਹੋ ਗਿਆ ਬੂਟਾ ਜੀ, ਫਲ ਦੇਣ ਲੱਗ ਗਿਆ, ਛੇਤੀ ਦੇਣ ਲੱਗ ਗਿਆ ਫਲ। ਅਮਰੂਦ ਵੀ ਜਿਹੜਾ ਸੀਗਾ ਤੁਹਾਡੇ ਇੱਥੇ ਦੇਖਦੇ ਪਏ ਅਸੀਂ, ਉਹ ਵੀ ਦਿਖਾਓ ਸਾਨੂੰ ਜੇ ਦਿਖਾ ਸਕਦੇ ਹੋ ਤਾਂ, ਵੀ ਅਮਰੂਦ ਕਿੱਡੇ ਕਿੱਡੇ ਆ ਅਤੇ ਕਿਸ ਤਰ੍ਹਾਂ ਦਾ ਸਵਾਦ ਇਹਦਾ? ਹਾਂਜੀ ਹਾਂਜੀ, ਇਹ ਬਹੁਤ ਵਧੀਆ ਅਮਰੂਦ ਆ, ਖਾਣੇ ਵੀ ਨਹੀਂ ਹੈਗੇ, ਬਹੁਤ ਵਧੀਆ, ਕੋਈ ਖਾਦ ਨਹੀਂ ਪਾਈ ਕੁਛ ਨਹੀਂ, ਪਹਿਲੀ ਵਾਰੀ ਹੋਇਆ ਸੀਗਾ ਅਤੇ ਹੁਣ ਬਹੁਤ ਵਧੀਆ ਲੱਗਦੇ। ਕਿਸ ਤਰ੍ਹਾਂ ਦੇ ਮਤਲਬ ਕਿ ਪਰਿਵਾਰ ਬੱਚੇ ਵੀ ਕਿਸ ਤਰ੍ਹਾਂ ਪਸੰਦ ਕਰਦੇ ਆ ਜਾਂ ਮਤਲਬ ਕਿ ਉਹੀ ਚੀਜ਼ ਪਸੰਦ ਕਰਦੇ? ਹਾਂਜੀ ਹਾਂਜੀ, ਬੱਚੇ ਖਾਂਦੇ, ਬਹੁਤ ਖਾਂਦੇ ਆ। ਹਾਂਜੀ ਹਾਂਜੀ, ਜਦੋਂ ਕੋਈ ਬਾਹਰੋਂ ਅੰਦਰੋਂ ਆਉਂਦਾ ਜੀ ਉਦੋਂ ਫਿਰ ਕੀ ਮਤਲਬ ਕਿ ਦੇਖਦਾ ਵੀ ਉਹ ਤਾਂ ਕਹਿੰਦਾ ਵੀ ਅਸੀਂ ਖਾਦਾਂ ਲਈ ਖਾਂਦੇ ਹਾਂ ਅਤੇ? ਹਾਂਜੀ ਹਾਂਜੀ, ਇਹਨਾਂ ਦਾ ਟੇਸਟ ਹੀ ਵੱਖਰਾ। ਹਾਂਜੀ, ਬਹੁਤ ਵਧੀਆ, ਬਹੁਤ ਸਵਾਦ, ਬਹੁਤ ਆ, ਬੀ ਵੀ ਹੈ ਨਹੀਂ ਗੇ ਵਿੱਚ, ਬਹੁਤ ਸਵਾਦ ਆ, ਕਿਹਨੂੰ ਵੀ ਬਹੁਤ ਸਵਾਦ ਆ, ਅਤੇ ਅਮਰੂਦ ਵੀ ਬਹੁਤ ਵਧੀਆ। ਮਤਲਬ ਅੱਜ ਦੇ ਦੌਰ ਦੇ ਵਿੱਚ ਜਿੱਥੇ ਬਿਮਾਰੀਆਂ ਬਹੁਤ ਵਧੀਆਂ ਹੋਈਆਂ, ਠੀਕ ਹੈ ਨਾ, ਕਿਸਾਨ ਵੀ ਜਿਹੜਾ ਉਹ ਪੈਸੇ ਮਗਰ ਜ਼ਿਆਦਾ ਭੱਜਦਾ ਪਿਆ, ਤਾਂ ਤੁਸੀਂ ਮਤਲਬ ਕਿ ਆ ਜਿਹੜੀਆਂ ਬਿਨਾਂ ਖਾਦ ਤੋਂ ਜਿਹੜੀਆਂ ਆਪਣੀਆਂ ਸਬਜ਼ੀਆਂ ਤਿਆਰ ਕੀਤੀਆਂ,
मन दे विच रहिंदा कि मतलब आम लोगों नूं भी खवाइयां जाण। हाँ जी हाँ जी, असीं बहुत दिंदे हां आंढ गुआंढ होर रिश्तेदारां नूं भी दिंदे, बहुत वधिया बणदियां, कह दिंदे बहुत स्वाद बणदियां। हाँ बहुत वधिया बणदियां। ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਆਪਣੇ? ਹਾਂਜੀ ਹਾਂਜੀ, ਵੀ ਆਪ ਆਪਦੀ ਘਰੇ ਬਣਾ ਕੇ ਮਤਲਬ ਸਬਜ਼ੀ ਘਰੇ ਬੀਜ ਕੇ ਆਪਦੇ ਹੱਥੀਂ ਲਗਾ ਕੇ ਅਤੇ ਫਿਰ ਖਾਓ, ਉਹ ਬਿਹਤਰ ਆ। ਵੀ ਇਹਨੇ ਮਾਤਾ ਜੀ ਜਿਹੜਾ ਚੂਲਾ ਚੌਂਕਾ ਕਰਦੇ ਆ ਵੀ ਕਹਿੰਦੇ ਵੀ ਦੂਜੀ ਸਬਜ਼ੀਆਂ ਦੇ ਨਾਲੋਂ ਇਹਦਾ ਸਵਾਦ ਜਿਹੜਾ ਉਹ ਵੱਖਰਾ ਹੀ ਜਿਹੜਾ ਉਹ ਨਜ਼ਰ ਆਉਂਦਾ। ਅਤੇ ਸਾਡੇ ਨਾਲ ਫਿਰ ਕਿਸਾਨ ਵੀਰ ਹੈਗੇ ਆ ਵੀ ਭਾਜੀ, ਜੇ ਗੱਲ ਕੀਤੀ ਜਾਵੇ ਆ ਦੇਖੋ ਅਮਰੂਦ ਵੀ ਕਾਫੀ ਵੱਡਾ ਨਜ਼ਰ ਆ ਰਿਹਾ, ਤੁਸੀਂ ਹੋਰ ਵੀ ਕਾਫੀ ਸ਼ੌਂਕ ਦੇ ਨਾਲ ਇਹ ਪਾਲੇ ਨੇ, ਬੋਲੋ ਠੀਕ ਹੈ, ਅਤੇ ਕਿਸ ਤਰ੍ਹਾਂ ਮਤਲਬ ਤੁਸੀਂ ਲੱਗਦਾ ਵੀ ਆਮ ਲੋਕਾਂ ਤੱਕ ਕਿਵੇਂ ਪਹੁੰਚ ਹੋਏਗੀ ਇਹ? ਆਮ ਲੋਕਾਂ ਦੀ ਮਿਹਨਤ ਬਸ ਥੋੜ੍ਹੀ ਜਿਹੀ ਆ, ਸੁਬਹਾ ਇੱਕ ਘੰਟਾ ਬਸ ਲਾਵੇ ਬੰਦਾ, ਹਰ ਚੀਜ਼ ਬੰਦਾ ਖਾ ਸਕਦਾ, ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ, ਉਹ ਵਧੀਆ ਖਾ ਸਕਦਾ। ਇੱਕ ਘੰਟੇ ਦਾ ਲੋੜ ਹੈ ਜੀ। ਨਹੀਂ ਆਪਾਂ ਸਮਝਦੇ ਨਹੀਂ ਵੀ ਇਹ ਮਤਲਬ ਕਿ ਮੰਡੀ ਦੇ ਵਿੱਚ ਵੀ ਪਹੁੰਚਣਾ ਚਾਹੀਦਾ, ਹਰ ਮਤਲਬ ਇਨਸਾਨ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਉਹ ਵੀ ਬਿਮਾਰੀਆਂ ਤੋਂ ਰਹਿਤ ਹੋਵੇ। ਹਾਂਜੀ, ਇਹ ਤਾਂ ਬਹੁਤ ਜ਼ਰੂਰੀ ਆ। ਜੇ ਮੰਨ ਲਓ ਤੁਸੀਂ ਆਪਾਂ ਖੇਤੀ ਕਰੀਏ ਪਰ ਸਰਕਾਰ ਜਦੋਂ ਅਸੀਂ ਲਾ ਲੈਂਦੇ ਜੀ ਘਰੇ, ਸਰਕਾਰ ਕੋਈ ਸਾਥ ਨਹੀਂ ਦੇ ਦਿੰਦੀ, ਫਿਰ ਕੋਈ ਮੁੱਲ ਨਹੀਂ ਵੱਟਿਆ ਜਾਂਦਾ। ਜਿਵੇਂ ਕਿੰਨੂ ਲਾ ਲਓ, ਅਮਰੂਦ ਲਾ ਲਓ, ਫਿਰ ਸਾਡਾ ਨਾ ਸਬਜ਼ੀ ਵੀ ਲਾ ਲਓ, ਜ਼ਿਮੀਂਦਾਰ ਪਰੇਸ਼ਾਨ ਹੋ ਜਾਂਦਾ, ਫਿਰ ਕਈ ਵਾਰੀ ਸਬਜ਼ੀ ਵਾਹੁਣੀ ਪੈਂਦੀ ਜ਼ਿਮੀਂਦਾਰ। ਨਹੀਂ, ਸਰਕਾਰਾਂ ਤਾਂ ਕਹਿੰਦੀਆਂ ਬਦਲਾਵ ਕਰੋ ਵੀ ਝੋਨਾ ਛੱਡੋ, ਠੀਕ ਹੈ ਨਾ, ਕਣਕ ਦੀ ਜਿਹੜੀ ਫਸਲ ਆ ਉਹ ਘੱਟ ਕਰੋ, ਲੇਕਿਨ ਇਹਨਾਂ ਵੱਲ ਆਓ ਅਤੇ ਲੇਕਿਨ ਉਸ ਤੋਂ ਬਾਵਜੂਦ ਫਿਰ ਤੁਹਾਨੂੰ ਇਹ ਮੁੱਲ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਤੁਹਾਡੀ ਫਿਰ ਪੁੱਛ ਕੁਛ? ਪਤਾ ਨਹੀਂ ਜਿੰਨੀ ਇਹ 'ਤੇ ਮਿਹਨਤ ਹੁੰਦੀ ਹੈ ਜੀ, ਮਿਹਨਤ ਦਾ ਨਹੀਂ ਮੁੱਲ ਮਿਲ ਰਿਹਾ ਜੀ। ਹੁਣ ਇਸ ਚੀਜ਼ ਦਾ ਕੋਈ ਮੁੱਲ ਨਹੀਂ, ਆਹ ਅਮਰੂਦ ਮੈਂ ਬਾਜ਼ਾਰ 'ਚ ਲਿਆਵਾਂ ਕੋਈ ਮੁੱਲ ਨਹੀਂ ਇਹਦਾ, ਪਰ ਸਾਨੂੰ ਮੁੱਲ ਮਿਲਣਾ ਹੀ ਨਹੀਂ ਇਹਦਾ। ਫਿਰ ਜ਼ਿਮੀਂਦਾਰ ਕਹਿੰਦਾ ਆਪਾਂ ਘਰ ਜੋਗੇ, ਇਸ ਕਰਕੇ ਖਾਣ ਜੋਗੇ ਘਰ ਕਰੋ। ਇੱਕ ਬੋਤਲ ਟੰਗੀ ਨਾਲ ਦਿਖਾਈ ਦੇ ਰਹੀ ਆ, ਇਹ ਬੋਤਲ ਕੀ ਹੈ, ਇਹਨੂੰ ਥੋੜ੍ਹਾ ਦੱਸ ਸਕੋ ਸਾਨੂੰ? ਇਹ ਬੋਤਲ ਜੀ ਇਹ ਮੇਲੇ ਤੋਂ ਮਿਲਦੀ ਜੀ ਲੁਧਿਆਣਿਓਂ, ਆਪਣੇ ਮਿਲ ਜਾਂਦੀ ਖੇਤੀਬਾੜੀ ਦਫ਼ਤਰੋਂ। ਇਹਦੇ ਵਿੱਚ ਕੁੱਲ ਲਾਇਆ ਖੁਦ ਖੇਤੀਬਾੜੀ ਨੇ, ਆਹ ਮੱਖੀ ਆ, ਆਹ ਮੋਰੀ ਆ, ਇਹਦੇ ਵਿੱਚ ਮੱਖੀ ਵੜ ਜਾਣੀ ਜੀ। ਆਹ ਜਿਹੜੀ ਮੱਖੀ ਦਿਖ ਰਹੀ ਨਾ ਤੁਹਾਨੂੰ, ਇਹ ਕੀੜਾ ਪਾਉਂਦੀ ਆ ਜੀ, ਇਹ ਸਮੈਲ ਹੀ ਇੰਨੀ ਜ਼ਿਆਦਾ ਆ, ਤੁਹਾਡੇ ਅਮਰੂਦ ਨੂੰ ਕਿੰਨੂ ਨੂੰ ਕਿਸ ਚੀਜ਼ ਨੂੰ ਕੀੜਾ ਨਹੀਂ ਪਊਗਾ, ਪਰ ਇਹ ਇਹ ਜਦੋਂ ਬੰਨੀ ਆ, ਜੋ ਐਡਾ ਅਮਰੂਦ ਹੋਵੇ ਨਾ ਉਦੋਂ ਬੰਨੀ ਆ ਜੀ, ਇੱਥੋਂ ਹੀ ਸ਼ੁਰੂ ਹੁੰਦੀ ਆ ਬਸ। ਇਹ ਮਤਲਬ ਆਹ ਕਹਿ ਸਕਦੇ ਕਿ ਜਿਹੜੀ ਬੋਤਲ ਆ ਜਦੋਂ ਮੱਖੀ ਆਉਂਦੀ ਆ, ਮੱਖੀ ਬੋਤਲ ਦੇ ਵਿੱਚ ਆਪਣੇ ਆਪ ਚਲੀ ਜਾਂਦੀ, ਆਪਣੇ ਆਪਣੇ ਚਲੀ ਜਾਂਦੀ, ਅਤੇ ਇੱਕ ਇਹ ਅਮਰੂਦ 'ਤੇ ਨਹੀਂ ਬਹਿੰਦੀ ਅਤੇ ਅਮਰੂਦ 'ਚ ਕੀੜਾ ਨਹੀਂ ਪੈਂਦਾ ਜੀ, ਅਤੇ ਫਿਰ ਅਮਰੂਦ ਐਡਾ ਵਧੀਆ ਹੁੰਦਾ ਜੀ। ਇਹ ਕਿੱਥੇ ਕਿੱਥੇ ਵਰਤੀ ਹੁੰਦੀ ਸਬਜ਼ੀਆਂ ਜੀ, ਵਰਤੋਂ ਹੁੰਦੀ ਹੈ? ਹਾਂ ਸਬਜ਼ੀਆਂ ਜੇ ਫਲ ਵਾਸਤੇ ਅਤੇ ਆਮ ਤੌਰ 'ਤੇ ਵਰਤੀ ਜੀ। ਕੋਈ ਦਵਾਈ ਤਾਂ ਲੱਗਦੀ ਨਹੀਂ, ਹੈ ਕੀ ਚੀਜ਼ ਹੈ? ਇਹ ਲੱਕੜੀ ਹੈ ਜੀ। ਓਕੇ, ਇਹ ਲੱਕੜੀ ਹੈ? ਹਾਂ ਵੀ ਆਹ ਲੱਕੜ ਆ। ਇਹ ਕਿਹੜੀ, ਇਹਨੂੰ ਲੱਕੜ ਨੂੰ ਕੀ ਨਾਮ ਦਿੰਦੇ ਆ, ਕੋਈ ਹੈ ਤੁਹਾਡੇ? ਇਹ ਖੇਤੀਬਾੜੀ ਦਿੰਦੇ ਜੀ, ਦੋ ਵਾਰੀ ਮੇਲਾ ਲੱਗਦਾ ਉੱਥੇ ਜੀ, ਦੋ ਵਾਰੀ ਉੱਥੋਂ ਲੈ ਜਾਈਦੀ ਉੱਥੋਂ ਲੁਧਿਆਣਿਓ। ਇਹ 80 ਕੁ ਰੁਪਈਏ ਦਿੰਦੇ ਆ ਜੀ ਇੱਥੇ ਇੱਕ, ਅਤੇ ਬੋਤਲ ਮੈਂ ਆਪ ਬਣਾ ਲਈ ਘਰੇ, ਉਹ ਬੋਤਲ ਹੁੰਦੀ 40 ਰੁਪਏ ਦੀ, ਅਤੇ ਬੋਤਲ ਮੈਂ ਉੱਥੇ ਵੱਢ ਕੇ ਇਹ ਮੈਂ ਆਪ ਬਣਾ ਲਈ, ਇਹ 40 ਰੁਪਈਏ ਨਹੀਂ ਲਾਏ, ਆਹ ਲੱਕੜ ਲਾਇਆ 80 ਰੁਪਏ ਦੀ, ਇਹ ਬੋਤਲ ਆਪ। ਜੇ ਨਹੀਂ ਹੁੰਦੀ ਸੀ ਤਾਂ ਫਿਰ ਫਿਰ ਇਹ ਕੀੜਾ ਪੈ ਜਾਂਦਾ ਜੀ ਮਰੂਦ 'ਚ, ਤਾਂ ਫਿਰ ਕੀ ਕਰਨਾ ਪੈ, ਸਪਰੇਆਂ ਕਰਨੀਆਂ ਪੈਂਦੀਆਂ ਜੀ? ਫਿਰ ਸਪਰੇਅ ਉਹਨਾਂ ਨਹੀਂ ਮਰਦਾ ਜੀ ਕੀੜਾ ਤਾਂ, ਉਹ ਤਾਂ ਵਹਿਮ ਹੈ, ਉਹ ਐਡਾ ਵੱਡਾ ਮਰੂਦ ਵਿੱਚ ਕੀ ਅਸਰ ਕਰੂਗਾ ਜੀ ਕੀੜਾ? ਇਹ ਤਾਂ ਪਹਿਲਾਂ ਹੀ ਦੇਖਭਾਲ ਕੀਤੀ ਜਾਵੇ ਵੀ ਮਾੜਾ ਮੋਟਾ ਸਵਾਹ ਸੁਪਾਈ ਜਾਵੇ, ਕੋਈ ਮਾੜਾ ਮੋਟਾ ਟਾਈਮ ਦੇ ਸਾਹਮਣੇ, ਅਸਰ ਤਾਂ ਸਾਰਾ ਵਧੀਆ ਲਾ। ਮਤਲਬ ਕਹਿ ਸਕਦੇ ਆ ਵੀ ਇਹ ਬਦਲ ਹੈ, ਮਤਲਬ ਕਿ ਜਿਹੜੇ ਸਪਰੇਅ ਦਾ ਵੀ ਇੱਕ ਲੱਕੜ ਹੀ ਹੈ ਵੀ ਜਿਹੜੀ ਕੀੜੇ ਨੂੰ ਰੋਕ। ਹਾਂ ਕੀੜੇ ਨੂੰ, ਐਟੋਮੈਟਿਕ ਖੁਸ਼ਬੂ ਆਉਂਦੀ ਜੀ ਕੋਈ, ਇਹਦੀ ਖੁਸ਼ਬੂ ਨਾਲ ਸਾਰੀ ਮੱਖੀ ਵੜੀ ਜਾਂ, ਵੇਖੋ ਕਿੰਨੀ ਮੱਖੀ ਮਰੀ ਪਈ, ਇਹੀ ਮੱਖੀ ਵਿੱਚ ਵੜ ਜਾਂਦੀ ਤਾਂ ਸਾਰੇ ਅਮਰੂਦ ਕਾਣੇ, ਇੱਕ ਦੇ ਨਹੀਂ ਬੰਨੀ, ਉਹ ਅਮਰੂਦ ਦੇ ਬੰਨੀ ਆ, ਸਾਰਿਆਂ ਦੇ ਬੰਨੀ ਆ ਜੀ, ਆਹ ਵੇਖੋ ਬਾਹਰ ਵੀ ਬੰਨੀ ਆ, ਉਹ ਸਾਹਮਣੇ ਅਮਰੂਦ ਉਹਦੇ ਵੀ ਬੰਨੀ ਆ, ਆਹ ਕਿੰਨੂ ਦੇ ਵੀ, ਤਾਂ ਕਰਕੇ ਇਹ ਸਾਰੇ ਇਹ ਘੱਟ ਤੋਂ ਘੱਟ ਵੀ 30 ਫੁੱਟ ਤੱਕ ਮੱਖੀ ਆ ਜਾਂਦੀ, 30 ਫੁੱਟ ਤੱਕ? ਹਾਂ 30-35 ਫੁੱਟ ਤੱਕ ਮੱਖੀ ਆਊਗੀ ਇੱਥੇ ਇਹਦੇ ਵਿੱਚ। ਹਾਂ ਇਹਦੇ ਵਿੱਚ ਵੀ ਇੰਨਾ ਜਿਹੜਾ ਏਰੀਆ ਹੈ ਉਹ ਕਵਰ ਕਰਦੀ, ਕਵਰ ਕਰਦੀ। ਹੁਣ ਆਪਣਾ ਸਾਰਾ ਵੇਖੋ ਤੁਸੀਂ, 200 ਫੁੱਟ ਹੋਊਗਾ, 300 ਫੁੱਟ ਸਾਰਾ, ਅਤੇ ਸਾਰੀ ਐਨ ਬੰਨੀ ਆ ਵੀ, ਉੱਧਰ 30 ਆ ਗਈ, 30 ਉੱਧਰ ਆ ਗਈ, 30 ਉੱਧਰ, ਵਿਚਾਲੇ ਵਿਚਾਲੇ ਬੰਨੀ ਆ। ਤੁਹਾਨੂੰ ਦਿਖਾਉਂਦੇ ਹਾਂ ਇੱਕ ਵਾਰੀ ਫਿਰ ਦੁਬਾਰਾ ਵੀ ਇਹ ਜਿਹੜੀ ਬੋਤਲ ਹੈ ਜਿਹਦੇ ਵਿੱਚ ਲੱਕੜ ਹੈਗੀ ਆ ਵੀ ਉਹ ਕਿਸ ਤਰ੍ਹਾਂ ਇਹਨਾਂ ਨੇ ਬੰਨੀ ਹੋਈ ਆ, ਅਤੇ ਮਤਲਬ ਕਿ 30 ਫੁੱਟ ਦੇ ਘੇਰੇ ਦੇ ਵਿੱਚ ਦੂਸਰੀ ਬੋਤਲੇ ਬੰਨ੍ਹ ਆ, ਅਤੇ ਵੀ ਜਿਹਦੇ ਕਰਕੇ ਇਹ ਜਿਹੜੀ ਮੱਖੀ ਹੈਗੀ ਆ, ਕੀੜਾ ਹੈਗਾ, ਉਹ ਫਸਲ ਨੂੰ ਨਹੀਂ ਲੱਗਦਾ ਅਤੇ ਇਹ ਫਸਲ ਜਿਹੜੀ ਆ ਉਹ ਖਰਾਬ ਨਹੀਂ ਹੁੰਦੀ। ਕਿਉਂਕਿ ਅਗਰ ਜੇ ਕੀੜਾ ਲੱਗ ਜਾਂਦਾ, ਜੇ ਕੀੜਾ ਲੱਗਦਾ ਤਾਂ ਫਿਰ ਇਹ ਜਿਹੜੀ ਫਸਲ ਹੈਗੀ ਆ ਵੀ ਉਹ ਖਰਾਬ ਹੋ ਜਾਂਦੀ, ਫਿਰ ਸਪਰੇਅ ਕਰਨੀ ਪੈਂਦੀ ਆ। ਵੀ ਜੇ ਸਾਨੂੰ ਦਿਖਾ ਸਕੋ ਤਾਂ ਭਾਅ ਜੀ, ਜਿਹੜੀ ਬੋਤਲ ਹੈਗੀ ਦੂਸਰੀ ਉਹ ਕਿੱਥੇ ਲੱਗੀ ਹੋਈ ਆ? 30 ਫੁੱਟ ਦੀ, ਇਹਦੇ ਨਾਲ ਜੀ ਅਸੀਂ ਨਾ 60 ਕਿਲੋ ਕਿਨੂੰ ਤੋੜ ਲਈ ਪਹਿਲਾਂ, 60 ਕਿਲੋ ਕਿਨੂੰ ਇੱਕ ਟੋਕਰਾ ਪੂਰਾ ਤੋੜ ਕੇ ਹੀ ਵੰਡ ਚੁੱਕੇ ਹਾਂ, ਵੀ ਇੰਨਾ ਕਿਨੂੰ ਲੱਗਾ ਸੀ ਇਹਨੂੰ। ਹਾਂ ਬਹੁਤ ਕਿਨੂੰ ਲੱਗਾ, ਕੋਈ ਕੀੜਾ ਨਹੀਂ ਕੁਛ ਨਹੀਂ, ਬੋਤਲ ਤੁਹਾਨੂੰ ਖਾ ਦਿੰਦੇ, ਤੁਹਾਨੂੰ ਦਿਖਾਉਂਦੇ ਹਾਂ ਅਸੀਂ ਦੂਸਰੀ ਬੋਤਲ ਜਿਹੜੇ 30 ਫੁੱਟ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਨੇ ਦੂਸਰੀ ਬੋਤਲ ਲਗਾਈ ਆ ਵੀ ਉਹ ਕਹਿੰਦੇ ਆ ਵੀ ਇਸ ਦੇ ਨਾਲ ਨਹੀਂ ਲੱਗੀ, ਇਹ ਕਵਰ ਕਰੀ ਜਾਂਦੀ, ਇਹਨੂੰ ਵੀ ਨਹੀਂ ਕੀੜਾ ਪੈ ਰਿਹਾ, ਅਮਰੂਦ ਨੂੰ ਕੋਈ ਕੀੜਾ ਨਹੀਂ ਪੈ ਰਿਹਾ ਜੀ, ਇਹ ਅਮਰੂਦ ਨੂੰ ਨਾ ਕੋਈ ਕੀੜਾ ਨਹੀਂ, ਆ ਵੇਖੋ ਕਿੱਦਾਂ ਹੈ ਅਮਰੂਦ ਦਾ, ਆ ਵੇਖੋ
ਅਤੇ ਬਸ ਉਹ ਦੇਖੋ ਇੱਥੋਂ 30 ਫੁੱਟ ਹੋਣੀ ਆ ਜੀ ਉਹ ਕੋਈ ਇਹ ਕਵਰ ਕਰ ਰਹੀ ਆ ਆਹ ਸਾਰੇ ਆ ਫੁੱਲ ਫਲ ਜਿਹੜੇ ਆ ਕੋਈ ਵੀ ਉਹਨੂੰ ਕੀੜਾ ਨਹੀਂ ਪੈਂਦਾ ਹਾਂ ਕੋਈ ਕੀੜਾ ਨਹੀਂ ਪੈ ਰਿਹਾ ਜੀ ਇਹ ਜਿਹੜਾ ਫੁੱਲ ਵੀ ਹੈ ਤੁਸੀਂ ਵੀ ਇਹ ਵੀ ਮਤਲਬ ਬਿਨਾਂ ਖਾਦ ਤੋਂ ਹੀ ਹਾਂ ਬਿਨਾਂ ਖਾਦ ਤੋਂ ਜੀ ਹਾਂਜੀ ਇਹ ਸਾਰਾ ਫੁੱਲ ਹਾਂਜੀ ਹਾਂਜੀ ਕਿਹੜਾ ਕਿਹੜਾ ਫੁੱਲ ਆ ਜੀ ਦੱਸੋ ਇਹ ਗੇੜੇ ਦਾ ਫੁੱਲ ਆ ਗੋਂਦੀ ਆ ਜੀ ਤਿੰਨੇ ਫੁੱਲ ਆ ਜੀ ਜਿਵੇਂ ਮੌਸਮ ਆਉਂਦਾ ਜਿਵੇਂ ਮੈਂ ਫੁੱਲ ਲਾ ਦਿੰਦਾ ਲੈ ਕੇ ਜੀ ਹਰ ਵਾਰੀ ਜਿਵੇਂ ਮੌਸਮ ਆਉਂਦਾ ਉਵੇਂ ਲਾ ਦਿੰਦਾ ਹੁਣ ਆਹ ਕਿੰਨੂ ਲਿਆਉਂਦੇ ਆ ਜੀ ਇਹ ਕਿੰਨੂ ਤਿਆਰ ਕਰੀ ਜਾਂਦੇ ਕੱਲ੍ਹ ਇਹਦੇ ਅਸੀਂ ਪਹਿਲਾਂ ਕਿੰਨੂ ਦਾ ਹੀ ਖਿਆਲ ਰੱਖਣਾ ਪੈਂਦਾ ਜੀ ਇਹਦੇ ਨਾਲ ਕੰਡਿਆਂ ਵਾਲੀ ਵੱਲ ਹੁੰਦੀ ਆ ਕੱਲ੍ਹ ਮੈਂ ਕੱਟੀਆਂ ਸਾਰੀਆਂ ਜਿਵੇਂ ਆਹ ਉਹ ਅਸਰ ਖਿੱਚ ਦਿੰਦੀਆਂ ਥੱਲੋਂ ਆਹ ਆਹ ਸੀ ਇੱਥੋਂ ਕੱਟਤੀਆਂ ਇਹ ਅਸਰ ਖਿੱਚਦੀਆਂ ਬੂਟੇ ਦਾ ਜਿਵੇਂ ਆਹ ਕਿੰਨੀਆਂ ਸੀ ਇਹਦੇ ਕੰਡਾ ਸੀ ਵੱਡਾ ਇਹਨੂੰ ਫਲ ਨਹੀਂ ਲੱਗਣਾ ਹੁੰਦਾ ਜਿਵੇਂ ਆਹ ਵੇਖ ਰਹਿ ਗਿਆ ਜੀ ਆਹ ਇਹ ਕੱਟਣਾ ਚਾਹੀਦਾ ਜੀ ਆਹ ਹੁਣ ਕਟਰ ਮੇਰੇ ਕੋਲ ਨਹੀਂ ਹੈ ਹਾਂ ਹੁਣ ਇਸ ਘੇਰੇ ਦੇ ਵਿੱਚ ਤੁਹਾਨੂੰ ਦੁਬਾਰਾ ਦੂਸਰੀ ਬੋਤਲ ਲਗਾਉਣੀ ਪੈਂਦੀ ਆ ਹਾਂ ਦੋ ਬੋਤਲਾਂ ਲਾਈਆਂ ਸਾਰੀ ਏਰੀਏ 'ਚ ਇੱਕ ਬਾਹਰ ਲਾਈ ਤਿੰਨ ਲਾਈਆਂ ਜਿਵੇਂ ਆਹ ਅਨਾਰ ਹੋ ਗਿਆ ਹਾਂਜੀ ਹਾਂ ਅਤੇ ਆਹ ਸਿਆਂ ਦਾ ਬੂਟਾ ਜੀ ਇਹਨੂੰ ਇਹ ਲੱਗਾ ਨਹੀਂ ਕੁਛ ਇਹਨੂੰ 3 ਸਾਲ ਹੋ ਗਏ 4 ਸਾਲ ਆ ਨਿੰਬੂ ਵੀ ਬਹੁਤ ਵਧੀਆ ਲੱਗ ਰਿਹਾ ਵੀ ਲੱਗੇ ਹਾਂ ਨਿੰਬੂ ਵੀ ਇਹ ਵੀ ਤਿਆਰ ਕੀਤੇ ਜੀ ਹਾਂਜੀ ਹਾਂ ਨਿੰਬੂ ਵੀ ਇਹ ਤੁਸੀਂ ਵੇਖੋਗੇ ਐਡਾ ਰਸ ਆ ਨਿੰਬੂ ਦੇ ਵਿੱਚ ਕਮਾਲ ਆ ਹੁਣ ਆ ਵੇਖੋ ਜੀ ਆਹ ਵੀ ਆ ਤਿਆਰ ਹੋਣਾ ਜੀ ਮਰੂਦ ਇਹਦੀ ਬੋਤਲ ਆ ਬੋਤਲ ਆ ਤੁਹਾਨੂੰ ਖਾਣਾ ਆ ਕਿੰਨੀ ਮੱਖੀ ਦੇ ਵਿੱਚ ਆਈ ਸੀ ਆ ਘੱਟ ਤੋਂ ਘੱਟ ਆ ਦੇਖੋ ਤੇ 30 ਫੁੱਟ ਤੋਂ ਬਾਅਦ ਇਹ ਜਿਹੜੀ ਆ ਬੋਤਲ ਆ ਇਹਨਾਂ ਨੇ ਲਗਾਈ ਆ 200 ਮੱਖੀ ਹੋ ਗਈ ਜਿਹਨਾਂ 'ਚ ਕਰੀਬ ਕਹਿੰਦੇ ਵੀ 200 ਮੱਖੀ ਆ ਜਿਹੜੀ ਵਿੱਚ ਜਾ ਚੁੱਕੀ ਆ ਜੋ ਇਹਨਾਂ ਦੀ ਫਸਲਾਂ ਨੂੰ ਇਹਨਾਂ ਬਚਾਉਂਦੀ ਆ ਫਰੂਟ ਨੂੰ ਬਚਾਉਂਦੀ ਆ ਸਬਜ਼ੀ ਨੂੰ ਬਚਾਉਂਦੀ ਆ ਅਤੇ ਸਪਰੇਅ ਕਰਨ ਤੋਂ ਵੀ ਬਚਾਉਂਦੀ ਆ ਜੇ ਅਗਰ ਇਹ ਕੀੜਾ ਲੱਗ ਜਾਂਦਾ ਤਾਂ ਇਹਨਾਂ ਨੂੰ ਸਪਰੇਅ ਕਰਨੀ ਜਿਹੜੀ ਆ ਉਹ ਜ਼ਰੂਰੀ ਹੋ ਜਾਂਦੀ ਸੀ ਹੁਣ ਗੁਰਮੀਤ ਸਿੰਘ ਜੀ ਜਿਹੜੇ ਕਿਸਾਨ ਨੇ ਇਹਨਾਂ ਨੇ ਸਾਨੂੰ ਦੱਸਿਆ ਅਤੇ ਆਮ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ ਆ ਵੀ ਉਹ ਵੀ ਜਿਹੜੇ ਔਰਗੈਨਿਕ ਖੇਤੀ ਦਾ ਜਿਹੜਾ ਸਹਾਰਾ ਲੈਣ ਤਾਂ ਕਿ ਜਿਹੜੇ ਅੱਜ ਕੱਲ੍ਹ ਦੀਆਂ ਜਿਹੜੀਆਂ ਬਿਮਾਰੀਆਂ ਚੱਲੀਆਂ ਹੋਈਆਂ ਜਾਨਲੇਵਾ ਉਹਨਾਂ ਤੋਂ ਬਚਿਆ ਜਾ ਸਕੇ ਕਿਉਂਕਿ ਮਾਤਾਵਾਂ ਨੇ ਦੱਸਿਆ ਮਾਤਾ ਨੇ ਵੀ ਚੌਂਕਾ ਚੁੱਲ੍ਹੇ ਦਾ ਵੀ ਜਿਹੜਾ ਸਵਾਦ ਆ ਔਰਗੈਨਿਕ ਖੇਤੀ ਦੇ ਨਾਲ ਹੀ ਜਿਹੜਾ ਉਹ ਮਿਲ ਸਕਦਾ ਨਾ ਕਿ ਖਾਦ ਵਾਲੀਆਂ ਚੀਜ਼ਾਂ ਦੇ ਨਾਲ ਮਿਲ ਸਕਦਾ ਵੀ ਜਿਹੜੇ ਕਿਸਾਨ ਵੀਰਾਂ ਨੂੰ ਇਹ ਵਹਿਮ ਹੈਗਾ ਵੀ ਜਿਹੜੀ ਸਬਜ਼ੀ ਆ ਉਹ ਜਲਦੀ ਤਿਆਰ ਬਿਨਾਂ ਖਾਦ ਤੋਂ ਨਹੀਂ ਹੁੰਦੀ ਉਹ ਇਸ ਕਿਸਾਨ ਤੋਂ ਪੁੱਛ ਸਕਦੇ ਆ ਸਿੱਖ ਸਕਦੇ ਆ ਕਿਉਂਕਿ ਤੁਸੀਂ ਵੇਖਿਆ ਨਾ ਵੀ ਜਿਸ ਤਰ੍ਹਾਂ ਦੀ ਸਬਜ਼ੀ ਆ ਉਹਦਾ ਸਾਈਜ਼ ਵੀ ਜਿਹੜਾ ਅਸੀਂ ਤਾਂ ਪਹਿਲਾਂ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਅਤੇ ਸਾਡੇ ਨਾਲ ਜਿਹੜੇ ਮੌਜੂਦ ਨੇ ਉਹਨਾਂ ਨੇ ਵੀ ਜਿਹੜੇ ਲੋਕ ਉਹਨਾਂ ਨੇ ਵੀ ਦੱਸਿਆ ਵੀ ਅਸੀਂ ਪਹਿਲਾਂ ਨਹੀਂ ਦੇਖਿਆ ਵੀ ਐਡਾ ਵੱਡਾ ਕੱਦੂ ਦਾ ਸਾਈਜ਼ ਹੋਵੇ ਵੀ ਕਹਿ ਸਕਦੇ ਆ ਵੀ ਬਿਨਾਂ ਖਾਦ ਤੋਂ ਵੀ ਸਬਜ਼ੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਸਕਦੀਆਂ ਫਰੂਟ ਤਿਆਰ ਕੀਤਾ ਜਾ ਸਕਦਾ ਅਤੇ ਫਿਰ ਕਿਉਂ ਆਮ ਲੋਕਾਂ ਨੂੰ ਇਸ ਜਿਹੜੀ ਆ ਬਿਮਾਰੀ ਦੇ ਵਾਰ ਧਕੇਲਿਆ ਜਾ ਰਿਹਾ ਧੱਕਿਆ ਜਾ ਰਿਹਾ ਕਿਉਂ ਇਹਨਾਂ ਨੂੰ ਪੀੜਿਤ ਕੀਤਾ ਜਾ ਰਿਹਾ ਵੀ ਇਸ ਬਿਮਾਰੀਆਂ ਵਾਲੇ ਇਸ ਤਰ੍ਹਾਂ ਦੇ ਇਹ ਸਬਜ਼ੀਆਂ ਜਾਂ ਫਰੂਟ ਖਾਣ ਵੀ ਜਿਹੜਾ ਨੁਕਸਾਨ ਜਿਹੜਾ ਸਰੀਰਕ ਤੌਰ 'ਤੇ ਹੁੰਦਾ ਵੀ ਅਸੀਂ ਵੀ ਇੱਕ ਵਾਰੀ ਆਪਣੇ ਤੌਰ 'ਤੇ ਡੇਲੀ ਪੋਸਟ ਵੱਲੋਂ ਵੀ ਇੱਕ ਅਪੀਲ ਜ਼ਰੂਰ ਕਰਦੇ ਹਾਂ ਵੀ ਸਭ ਨੂੰ ਵੀ ਔਰਗੈਨਿਕ ਖੇਤੀ ਦਾ ਜਿਹੜਾ ਸਹਾਰਾ ਲਿੱਤਾ ਜਾਵੇ ਤਾਂ ਜੋ ਅੱਜ ਕੱਲ੍ਹ ਦੀਆਂ ਜਿਹੜੀਆਂ ਬਿਮਾਰੀਆਂ ਤੋਂ ਉਹ ਰਹਿਤ ਜਿਹੜੇ ਆ ਆਮ ਲੋਕ ਹੋ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੇਲੀ ਪੋਸਟ ਫਿਰੋਜ਼ਪੁਰ